due to mutual enmity yesterday in village Pandori of Nakodar in Jalandhar district, a car driver rammed into a person riding motorcycle. The motorcycle rider, identified as Gurdeep Singh, died on spot after car hit him. Later, when the car driver Ranjit Singh tried to drive away the car collided with a tree. Due to the collision with tree, Rampal, who was travelling with driver Ranjit Singh, died on spot, and driver Ranjit Singh was also injured. Ranjit Singh is undergoing treatment in the hospital. Giving this information, the police station in charge has said that case has been registered on the basis of statement of Gurdeep Singh's family and appropriate action is being taken. On the other hand, the family of Rampal, who died in the car with Ranjit Singh, have also demanded justice. ਇਹ ਸਵੇਰੇ ਇੰਸੀਡੈਂਟ ਇੱਕ ਹੋਇਆ ਜੀ 9 ਵਜੇ 8:15 ਦੇ ਕਰੀਬ। ਇਹਦੇ ਵਿੱਚ ਇੱਕ ਜਿਹੜਾ ਬੰਦਾ ਵਾ ਉਹਦਾ ਕਤਲ ਹੋਇਆ। ਐਕਚੁਅਲੀ ਉਹ ਗੁਰਦੀਪ ਸਿੰਘ ਆ, ਵਾਸੀ ਪੰਡੋਰੀ ਖਾਸ ਦਾ ਰਹਿਣ ਵਾਲਾ। ਉਹਦੇ ਘਰਦਿਆਂ ਨੇ ਆਪਾਂ ਨੂੰ ਆ ਕੇ ਜਿਹੜਾ ਬਿਆਨ ਲਿਖਵਾਇਆ, ਉਹਦੇ ਮੁਤਾਬਕ ਇਹ ਆ ਵੀ ਇਹਨਾਂ ਦੋ ਤਰ੍ਹਾਂ ਦੀ ਆਪਸ 'ਚ ਉੱਥੇ ਜਿਹੜੀ ਆਪਸ 'ਚ ਰੰਜਿਸ਼ਬਾਜ਼ੀ ਚੱਲ ਰਹੀ ਸੀ ਕਾਫੀ ਦਿਨਾਂ ਤੋਂ। ਅਤੇ ਜਿਹੜਾ ਗੱਡੀ ਦਾ ਚਾਲਕ ਆ ਉਹਦਾ ਨਾਂ ਰਣਜੀਤ ਸਿੰਘ ਏਲੀਅਸ ਰਾਣਾ, ਜਿਹੜਾ ਸਾਹਮਣੇ ਆਇਆ ਉਹ ਵੀ ਪਿੰਡ ਪੰਡੋਰੀ ਖਾਸ ਦਾ ਰਹਿਣ ਵਾਲਾ। ਉਹ ਇੱਕ ਆਪਣੇ ਨਾਲ ਆਪਣਾ ਇੱਕ ਹੋਰ ਬੰਦਾ ਜਿਹੜਾ ਉੱਥੋਂ ਦਾ ਹੀ ਨੌਜਵਾਨ ਆ, ਰਾਮਪਾਲ ਉਰਫ ਰਾਮਾ, ਉਹਨੂੰ ਨਾਲ ਲੈ ਕੇ ਗੱਡੀ ਦੇ ਵਿੱਚ, ਆਪਣੀ ਅਲਕਜ਼ਾਰ ਗੱਡੀ ਸੀ ਉਹਦੀ, ਉਹਦੇ ਵਿੱਚ ਆ ਰਿਹਾ। ਅਤੇ ਅੱਗੇ ਅੱਗੇ ਜਿਹੜਾ ਮਰਨ ਵਾਲਾ ਜਿਹੜਾ ਵਾ ਉਹ ਮੋਟਰਸਾਈਕਲ 'ਤੇ ਜਾ ਰਿਹਾ ਸੀ, ਉਹਨੇ ਯਾਨੀ ਕਿ ਤੇਜ਼ ਰਫਤਾਰੀ ਨਾਲ ਕਰਕੇ ਅਤੇ ਉਹਦੇ ਮਤਲਬ ਉਹਦਾ ਕਤਲ ਕੀਤਾ, ਉਹਨੂੰ ਕੁਚਲ ਕੇ ਮਾਰ ਦਿੱਤਾ, ਜਿਹੜਾ ਮੌਕੇ 'ਤੇ ਹੀ ਉਹਦੀ ਮੌਤ ਹੋ ਗਈ ਗੁਰਦੀਪ ਸਿੰਘ ਦੀ। ਅਤੇ ਉਹਨਾਂ ਦੇ ਗੁਰਦੀਪ ਸਿੰਘ ਦੇ ਘਰਦਿਆਂ ਦੇ ਬਿਆਨਾਂ 'ਤੇ ਆਪਾਂ ਮਤਲਬ ਉਹਦੇ ਬ੍ਰਦਰ ਦੇ ਬਿਆਨ 'ਤੇ ਆਪਾਂ ਪਰਚਾ ਦਰਜ ਕੀਤਾ ਇਹਦੇ ਖਿਲਾਫ 302।